ਇਸ ਦਫ਼ਾ ਦੇ ਔਰਤ ਮਾਰਚ ਦਾ ਨਾਰਾ ਹੈ ਇਨਸਾਫ, ਅਸਲੀ ਇਨਸਾਫ, ਪੂਰਾ ਇਨਸਾਫ। ਔਰ ਉਹ ਇਨਸਾਫ ਸਿਰਫ ਇਸ ਗੱਲ ਦਾ ਨਹੀਂ ਕਿ ਜਦੋਂ ਸਾਡੇ ਨਾਲ ਜਨਾਹ, ਤਸ਼ੱਦਦ, ਮਾਰਪੀਟ ਹੋਵੇ ਤਾਂ ਸਾਨੂੰ ਇਨਸਾਫ ਮਿਲੇ, ਸਾਨੂੰ ਸਾਡੀ ਪ੍ਰੋਟੈਕਸ਼ਨ ਹੋਵੇ, ਬਟ ਮਗਰ ਇਸ ਦਾ ਵੀ ਕਿ ਸਾਨੂੰ ਸਿਹਤ ਦਾ, ਤਾਲੀਮ ਦਾ, ਮੁਸਤਕਬਿਲ ਸੰਵਾਰਨੇ ਦਾ ਵੀ ਇਨਸਾਫ ਮਿਲੇ। ਉਸ ਹਵਾਲੇ ਨਾਲ ਦੇਖੀਏ ਤਾਂ ਅੱਜ ਇੱਕ ਵੱਡਾ ਦਿਨ ਹੀ ਹੈ ਸ਼ਾਇਦ ਕਿ ਨੂਰ ਮੁਕੱਦਮ ਦੇ ਕਾਤਿਲ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਫਾਂਸੀ ਦੀ ਸਜ਼ਾ ਸੁਣਾਉਣ ਦੇ ਨਾਲ ਨਾਲ 26 ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਹੈ। ਮਗਰ ਇਹ ਕੋਈ ਇੰਨਾ ਆਸਾਨ ਦਿਨ ਨਹੀਂ ਸੀ, ਆਰਾਮ ਨਾਲ ਵੀ ਨਹੀਂ ਆ ਗਿਆ ਸੀ, ਕਿਉਂਕਿ ਮੇਰੇ ਨਜ਼ਦੀਕ ਇਨਸਾਫ ਉਹ ਹੈ ਜਿਹੜਾ ਹੁੰਦਾ ਨਜ਼ਰ ਆਏ, ਇਨਸਾਫ ਉਹ ਜਿਹੜਾ ਵਕਤ 'ਤੇ ਹੋਵੇ, ਇਨਸਾਫ ਉਹ ਜਿਹੜਾ ਕਿਸੇ ਨੂੰ ਨਾ ਛੱਡੇ ਅਤੇ ਸਾਰਿਆਂ ਦੇ ਨਾਲ ਇੱਕੋ ਜਿਹਾ ਸਲੂਕ ਕਰੇ। ਇਸ ਇਨਸਾਫ ਅਤੇ ਇਸ ਦਿਨ 'ਤੇ ਅਪਣਨ ਤੱਕ ਸਭ ਤੋਂ ਪਹਿਲੇ ਸਲਾਮ ਹੈ ਉਸ ਨੂਰ ਮੁਕੱਦਮ ਦੇ ਪਿਓ ਨੂੰ, ਜਿਹੜਾ 8 ਮਹੀਨੇ ਧੱਤੇ ਕੋਲਿਆਂ 'ਤੇ ਤੁਰਦਾ ਰਿਹਾ। ਉਹ ਅਦਾਲਤ 'ਚ ਬੈਠੇ ਹੈ, ਉਹਨੇ ਅਦਾਲਤ 'ਚ ਰੋਜ਼ ਆਪਣੀ ਧੀ ਕਤਲ ਹੁੰਦੇ ਸੁਣੀ ਹੈ, ਰੋਜ਼ ਆਪਣੀ ਧੀ ਦੇ ਕਿਰਦਾਰ ਦੇ ਕੱਪੜਿਆਂ ਦੇ ਲੀਰੋ ਲੀਰ ਹੁੰਦੇ ਉਹਨੇ ਸੁਣਿਆ, ਉਹਨਾਂ ਨੇ ਰੋਜ਼ ਉਹਦੀ ਧੀ ਨੰਗੀ ਕੀਤੀ ਹੈ। ਮਗਰ ਹੱਕ ਹੈ, ਸਲਾਮ ਹੈ ਉਸ ਪਿਓ ਨੂੰ ਕਿ ਉਹ ਇਨਸਾਫ ਦੀ ਤਲਬਗਾਰ ਉੱਥੇ ਬੈਠਾ ਰਿਹਾ। ਮਗਰ ਕਾਨੂੰਨ ਨੇ ਫਿਰ ਸੁਣਿਆ, ਦੱਸਿਆ ਸਾਨੂੰ ਕਿ ਕਾਨੂੰਨ ਸੁਣਦੇ ਆਏ ਹਾਂ ਨਾ ਕਿ ਕਾਨੂੰਨ ਅੰਨਾ ਹੁੰਦਾ ਹੈ ਅਤੇ ਕਾਨੂੰਨ ਅੰਧਾ ਹੁੰਦਾ ਵੀ ਹੈ। ਅੱਜ ਉਹਨਾਂ ਨੇ ਦੱਸਤਾ, ਜੇ ਕਾਨੂੰਨ ਅੰਧਾ ਨਾ ਹੁੰਦਾ ਤਾਂ ਇਹ ਨਾ ਹੁੰਦਾ ਕਿ ਗਰੀਬ ਨੌਕਰਾਂ ਨੂੰ 10-10 ਸਾਲ ਦੀ ਸਜ਼ਾ ਮਿਲ ਜਾਂਦੀ, ਮਗਰ ਜਿਹੜੇ ਵਿਚਲੇ ਸ਼ਾਮਲ ਸਨ, ਪੈਸੇ ਵਾਲੇ, ਜ਼ਾਹਿਰ ਜਾਫਰ ਦੇ ਮਾਂ ਪਿਓ ਅਸਮਤ ਜਾਫਰ, ਜ਼ਾਕਿਰ ਜਾਫਰ ਔਰ ਥੈਰੇਪੀ ਵਰਕਸ ਔਰ ਉਹਦਾ ਓਨਰ ਡਾਕਟਰ ਅਮਜਦ, ਇਹ ਇਵੇਂ ਸਸਤੇ 'ਚ ਨਾ ਛੁੱਟ ਜਾਂਦੇ। ਕਿਉਂ ਨਾ ਛੁੱਟ ਜਾਂਦੇ? ਕਿਸ ਮਾਂ ਪਿਓ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਘਰ ਕਿਹੜਾ ਅਜ਼ਾਬ ਪਲ ਰਿਹਾ? ਠੀਕ ਹੈ, ਕੋਈ ਮਾਂ ਪਿਓ ਨਹੀਂ ਕਹਿੰਦਾ ਕਿ ਸਾਡੇ ਜਾ ਕੇ ਤੁਸੀਂ ਕਤਲ ਕਰਦੇ ਹੋ, ਜ਼ਨੇ ਕਰਦੇ ਹੋ, ਮਗਰ ਜਦੋਂ ਤੁਹਾਡੇ ਘਰ ਸਾਲੋ ਸਾਲ ਦੀ ਸ਼ਿਕਾਇਤਾਂ ਔਰ ਹਰਕਤਾਂ ਦੇ ਅੰਬਾਰ ਮੌਜੂਦ ਹੋਣ ਨਾ, ਤਾਂ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਆਪਣੇ ਘਰ ਕਿਹੜਾ ਕੱਟਾ ਪਾਲ ਰਹੇ ਹੋ। ਜਦ ਨੌਕਰਾਂ ਨੇ ਫੋਨ ਕੀਤਾ ਮਾਂ ਪਿਓ ਨੂੰ ਅਤੇ ਦੱਸਿਆ, ਅਤੇ ਕੀ ਨੌਕਰਾਂ ਨੂੰ ਇਹ ਨਾ ਕਹਿ ਸਕਦੇ ਸਨ ਕਿ ਮੁੰਡੇ ਨੂੰ ਲਾਓ 2 ਚੰਡਾਂ ਅਤੇ ਕੁੜੀ ਖਿੱਚ ਕੇ ਗੇਟੋਂ ਬਾਹਰ ਕੱਢ ਦਿਓ, ਜਾਂ ਉਹਦੇ ਮਾਂ ਪਿਓ ਨੂੰ ਫੋਨ ਕਰ ਦਿੰਦੇ? ਮਗਰ ਇੱਥੇ ਕਾਨੂੰਨ ਨੇ ਫਿਰ ਦੱਸਿਆ ਕਿ ਮੈਂ ਅੰਨਾ ਕਿਵੇਂ ਹੁੰਦਾ, ਕਿਉਂਕਿ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਹੈ ਕਿ ਜਦੋਂ ਤੱਕ ਟਰਾਂਸਕ੍ਰਿਪਟ ਮੌਜੂਦ ਨਾ ਹੋਵੇ, ਸਿਰਫ ਕਾਲ CDR ਦੇ ਉੱਤੇ ਇਹ ਸਾਬਤ ਨਹੀਂ ਕੀਤਾ ਜਾ ਸਕਦਾ ਕਿ ਇਹ ਸ਼ਾਮਲੇ ਕਤਲ ਸਨ। ਸ਼ਾਮਲੇ ਕਤਲ ਨਾ ਵੀ ਹੋਣ ਅਤੇ ਉਸ ਗੁਨਾਹ 'ਚ ਜ਼ਰੂਰ ਸ਼ਾਮਲ ਸਨ ਕਿ ਜਿੱਥੇ ਉਹ ਬਚ ਸਕਦੀ ਸੀ ਅਤੇ ਉਹਨਾਂ ਬਚਾਇਆ ਨਹੀਂ। ਮਗਰ ਥੈਰੇਪੀ ਵਰਕਸ ਔਰ ਡਾਕਟਰ ਅਮਜਦ ਨੂੰ ਕਿਸ ਤਰ੍ਹਾਂ ਛੱਡਿਆ ਜਾ ਸਕਦਾ ਹੈ? ਇੱਕ ਇਹੋ ਜਿਹਾ ਮੈਂਟਲ ਹੈਲਥ ਦਾ ਅਦਾਰਾ ਜਿਹਦਾ ਓਨਰ ਆਪ ਪ੍ਰੈਸ ਕਾਨਫਰੰਸ ਜ਼ਮਾਨਤ ਲੈਣ ਦੇ ਬਾਅਦ ਕਰ ਰਿਹਾ ਕਿ ਉਹਦੇ ਜਨਾਬ ਮਾਂ ਪਿਓ ਨੇ, ਜ਼ਾਹਿਰ ਜਾਫਰ ਦੇ ਮਾਂ ਪਿਓ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਜਾ ਕੇ ਕੱਟੇ ਨਿਬੇੜੋ, ਅਤੇ ਇਹ ਕੱਟਾ ਤਾਂ ਸਾਹਮਣੇ ਆ ਗਿਆ। ਇਸ ਤੋਂ ਪਹਿਲੇ ਉਹਨੇ ਕਿੰਨੇ ਕੱਟੇ ਨਿਬੇੜੇ ਹੋਣਗੇ? ਕੀ ਅਦਾਲਤ ਇਹ ਨਹੀਂ ਕਹਿ ਸਕਦੀ ਸੀ ਕਿ ਇਹਨੇ ਆਪਣੇ ਓਥ ਨਾਲ, ਆਪਣੇ ਡਾਕਟਰੀ ਓਥ ਨਾਲ ਗੱਦਾਰੀ ਕੀਤੀ ਹੈ, ਇਸ ਲਈ ਅੱਜ ਤੋਂ ਬਾਅਦ ਇਹ ਆਪਣੇ ਨਾਂ ਦੇ ਨਾਲ ਨਾ ਡਾਕਟਰ ਲਗਾ ਸਕਦਾ, ਨਾ ਕਿਸੇ ਮੈਂਟਲ ਹੈਲਥ ਦੇ ਇਦਾਰੇ ਦੇ ਨਾਲ ਐਸੋਸੀਏਟ ਕਰ ਸਕਦਾ, ਨਾ ਬਣਾ ਸਕਦਾ, ਚਲਾ ਸਕਦਾ, ਜਾਂ ਕਿਸੇ ਚੀਜ਼ 'ਚ ਵੀ ਸ਼ਾਮਿਲ ਨਹੀਂ ਹੋ ਸਕਦਾ? ਅਗਰ ਇਹ ਡਾਕਟਰ ਵਾਕਈ ਹੁੰਦਾ ਤਾਂ ਉਹਦਾ ਇਲਾਜ ਕਰ ਰਹੇ ਹੁੰਦੇ, ਆਪਣੇ ਜਨਾਬ ਉਹਦੇ ਵੈਬਸਾਈਟ 'ਤੇ ਉਹਨੂੰ ਥੈਰੇਪਿਸਟ ਬਣਾ ਕੇ ਨਾ ਫਿਰ ਰਹੇ ਹੁੰਦੇ? ਜਿੱਥੇ ਕਾਨੂੰਨ ਅੰਨਾ ਸੀ ਨਾ, ਉੱਥੇ ਭੋਰਾ ਪੁਲਿਸ ਨੇ ਇਹ ਵੀ ਦੱਸਿਆ ਕਿ ਅਸੀਂ ਵੀ ਕਾਣੇ ਹੀ ਹਾਂ। ਇਸਲਾਮਾਬਾਦ ਦੀ ਪੁਲਿਸ ਨੂੰ ਸਲਾਮ ਹੈ,
ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਹੁਣ ਦੇ ਜਿਹੜੇ ਆਈ ਜੀ ਸਾਹਿਬ ਨੇ ਉਹਨਾਂ ਨੇ ਖਾਸ ਇਹਦੇ ਉੱਤੇ ਉਹਨਾਂ ਨੇ ਮਲਿਕਾ ਬੁਖਾਰੀ ਨੇ ਖਾਸ ਇਹਦੇ 'ਤੇ ਫੋਕਸ ਕੀਤਾ ਔਰ ਐਂਡ 'ਤੇ ਆ ਕੇ ਇਨਵੈਸਟੀਗੇਸ਼ਨ ਦਾ ਜਿੰਨਾ ਜ਼ੋਰ ਲਾ ਸਕਦੇ ਸਨ ਲਾਇਆ। ਮਗਰ ਹੁਣ ਇਹ 2022 ਹੈ, ਜਦੀਦ ਸਾਡੇ ਕੋਲ ਆਲਾਤ ਮੌਜੂਦ ਹੈ, ਜਦੀਦ ਤਰੀਕਾਕਾਰ ਮੌਜੂਦ ਨੇ ਜਿਸ 'ਚ CDR ਤੋਂ ਲੈ ਕਰ ਅੱਗੇ ਤੱਕ ਵੀ ਕੰਮ ਕੀਤਾ ਜਾ ਸਕਦਾ ਸੀ। ਤਫਤੀਸ਼ ਨੂੰ ਹੋਰ ਸ਼ਫਾਫ, ਹੋਰ ਡੀਪ ਕੰਪਰੀਹੈਂਸਿਵ ਬਣਾਇਆ ਜਾ ਸਕਦਾ ਸੀ, ਜਿਹਦੀ ਵਜ੍ਹਾ ਤੋਂ ਇਹਦੇ ਮਾਂ ਪਿਓ ਔਰ ਥੈਰੇਪੀ ਵਰਕਸ ਵਾਲੇ ਨਾ ਬਚ ਜਾਣ ਜਿਹੜੇ ਬਚ ਗਏ। ਹਰ ਹਾਲ ਇਹਦਾ ਤਾਂ ਸ਼ੁਕਰ ਹੈ ਕਿ ਇਹਨੂੰ ਫਾਂਸੀ ਦੀ ਸਜ਼ਾ ਹੋ ਗਈ, ਮਗਰ ਆਪਣੇ ਅੱਖ ਕੰਨ ਆਵਾਜ਼ ਬੰਦ ਨਾ ਕਰਿਆ ਜੇ, ਜੇ ਬੰਦ ਕੀਤੀ ਤਾਂ ਡਰ ਫਿਰ ਉਹੀ ਹੈ, ਉਹੀ ਹੋਏਗਾ ਜਿਸ ਤਰ੍ਹਾਂ ਕੰਦੀਲ ਬਲੋਚ ਦਾ ਕਾਤਲ ਜਿਹੜਾ ਹੈ ਨਾ, ਉਹ 2 ਸਾਲਾਂ ਬਾਅਦ ਛੁੱਟ ਕੇ ਬਾਹਰ ਸਾਡੇ ਮੂੰਹ 'ਤੇ ਸਾਨੂੰ ਇਨਸਾਫ ਨੂੰ, ਸਾਡੇ ਇਨਸਾਫ ਦੇ ਨਾਂ ਨੂੰ ਐਂ ਕਰਕੇ ਬੁੱਝਾ ਦਿਖਾ ਕੇ ਚਲਾ ਗਿਆ ਨਾ, ਇਹ ਵੀ ਸਾਨੂੰ ਬੁੱਝਾ ਦਿਖਾ ਕੇ ਨਾ ਚਲਾ ਜਾਏ ਅਤੇ ਜਾਗਦੇ ਰਿਹਾ ਜੇ ਅਤੇ ਇਨਸਾਫ ਮੰਗਦੇ ਰਿਹਾ ਜੇ।